एक कलाकार की जिंदगी बहुत ही औखी होंदी है क्योंकि कलाकार तो उसके फैंस नू हमेशा ही वध के उम्मीद होंदी है। तो कहिंदे ने कई बार तो कलाकार नू अपने फैंस का मनोरंजन करन दे लई अपनियां अते अपने परिवार दियां तकलीफां नू वी एक पासे करना पैंदा है। अते खासकर जदों गल हुंदी है किसी कॉमेडियन की तो उसके लिए तो होर भी बहुत ज़्यादा औखा हुंदा है क्योंकि उसके चाहण वाले उस तो हमेशा ही हादसे की उम्मीद करते हैं। अते इहो जिहा ही कुछ देखण नूं मिलिया पिछले दिनी मशहूर पंजाबी फिल्म अदाकार अते कॉमेडियन जसविंदर भल्ला दे घरे। दस दी इह गल ते हर कोई जानदा है कि पिछले दिनी जसविंदर भल्ला जी दे घरे चोरी हो गई, जिस बारे कि सोशल मीडिया उत्ते बहुत सारियां गल्लां वी होईयां। अते जिथे ही जसविंदर भल्ला जी नूं चाहुण वाले बहुत सारे लोकां ने इस गल दा अफसोस जताया, उत्थे ही बहुत सारे लोकां ने जसविंदर भल्ला दी इस गल दा भी मजाक उड़ाया, जिस तों अगे बाद हुण जसविंदर भल्ला अते उहनां दे साथी फिल्म अदाकार अते कॉमेडियन बालमुकंद शर्मा की एक वीडियो सामने आ रही है, जिस विच के उन्होंने अपने अंदाज दे विच सोशल मीडिया उते जसविंदर भल्ला दे घरे हुई चोरी का मजाक उड़ाने वाले लोगों नूं जवाब दिता। केड़ी है वो वीडियो जो हो रही है सोशल मीडिया उते बेहद वायरल, आओ देखते हैं। भल्ले सत श्री अकाल। सत श्री अकाल भल्ला जी, पता लगा पिछे तुहाडे घर चोरी हो गई। चोरी नहीं सी ना, चोरी कहो, इहदे च फर्क हुंदा? आहो नाले चोरी हो ही गई सी, ਇੱਡਾ ਹੁਬ ਹੁਬ ਕੇ ਅਖਬਾਰ ਟੀਵੀ ਵਾਲ ਦੱਸਣ ਦੀ ਕੀ ਲੋੜ ਸੀ? ਮੈਂ ਦੱਸਿਆ ਉਹਨਾਂ ਨੂੰ, ਜਿਨ੍ਹਾਂ ਨੇ ਦੱਸਿਆ ਜਾ ਕੇ ਪੁੱਛੋ। ਮੈਂ ਤਾਂ ਸਗੋਂ ਲੋਕਾਂ ਦੇ ਫੋਨਾਂ ਦੇ ਜਵਾਬ ਦੇ ਥੱਕ ਗਿਆ, ਚੋਰ ਕਦੋਂ ਆਏ, ਕਿੱਥੋਂ ਆਏ, ਕਾਹਤੇ ਆਏ, ਕੀ ਲੈ ਗਏ, ਸਾਰੀ ਸਟੋਰੀ ਸੁਣਾਉਣੀ ਪੈਂਦੀ ਸੀ। ਓ ਨੋ, ਪਰ ਅਖਬਾਰਾਂ ਵਾਲੇ ਨਾ ਸੁਰਖੀਆਂ ਦੱਸ ਰਹੇ ਆ ਕਿ ਜਸਵਿੰਦਰ ਭੱਲਾ ਦੇ ਘਰ ਚੋਰੀ ਤੋਂ ਬਾਅਦ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ। ਫੜੇ ਗਏ ਚੋਰ? ਇਹੀ ਗੱਲ ਪੁੱਛਣ ਲਈ ਪੱਤਰਕਾਰ ਥਾਣੇ ਗਏ। ਉਹਨਾਂ ਨੇ ਥਾਣੇਦਾਰ ਸਾਹਿਬ ਨੂੰ ਪੁੱਛਿਆ ਚੋਰ ਫੜੇ ਗਏ? ਕਹਿੰਦਾ ਚੋਰ ਤਾਂ ਨਹੀਂ ਫੜੇ ਗਏ, ਹੈ ਤਾਂ ਭੱਲਾ ਫੜਿਆ। ਉਹਦੀ ਪੁੱਛ ਕੇ ਚੱਲਦੀ ਹੈ ਕਿ ਇੰਨਾ ਪੈਸਾ ਆਇਆ ਕਿੱਥੋਂ, ਬੋਲੋ ਤਾਰਾ ਦਾ। ਵੀ ਜੇ ਤੇਰੀ ਰਿਵਾਲਵਰ ਚੋਰੀ ਹੋਈ ਆ ਉਹਦਾ ਲਾਇਸੈਂਸ ਦਿਖਾ। ਮੈਂ ਲਾਇਸੈਂਸ ਦਿਖਾਇਆ, ਕਹਿੰਦੇ ਪਿੱਛੇ ਇਲੈਕਸ਼ਨ ਹੋ ਗਿਆ, ਅਟੀਆ ਅਸਲਾ ਘਰੇ ਕੋਲ ਰੱਖਿਆ, ਬੋਲੋ ਤਾਰਾ ਦਾ। ਜੇ ਤੇਰਾ ਸੋਨਾ ਚੋਰੀ ਹੋਇਆ ਉਹਦੇ ਬਿੱਲ ਦਿਖਾ, ਬੋਲੋ ਤਾਰਾ ਦਾ। ਮੈਂ ਹੱਥ ਜੋੜ ਕੇ ਖੜ ਗਿਆ। ਮੈਂ ਕਿਹਾ ਥਾਣੇਦਾਰ ਸਾਹਿਬ, ਚੋਰ ਆਏ ਜ਼ਰੂਰ ਸੀ, ਕੋਈ ਚੱਕ ਕੇ ਨਹੀਂ ਲੈ ਕੇ ਗਏ, ਸਗੋਂ ਧਰ ਕੇ ਗਏ ਨੇ, ਬੋਲੋ ਤਾਰਾ ਦਾ। ਤੁਸੀਂ ਮੇਰਾ ਖੜਾ ਛੱਡੋ। ਲੱਗ ਗਿਆ ਪਤਾ ਚੋਰੀ ਤੇ ਸੀਨਾ ਚੋਰੀ 'ਚ ਕੀ ਫਰਕ ਹੁੰਦਾ? ਇਹ ਤਾਂ ਪਤਾ ਲੱਗ ਗਿਆ, ਪਰ ਭੱਲਾ ਸਾਹਿਬ ਚੋਰੀ ਦੀ ਖਬਰ ਤੁਸੀਂ ਨਵੇਂ ਸੀਏ ਮਾਨ ਸਾਹਿਬ ਨੂੰ ਦੱਸੀ? ਦੱਸੀ? ਕਹਿੰਦੇ ਅੱਛਾ, ਮੈਂ ਹਜੇ ਕੱਲ੍ਹ ਸੌਂ ਚੁੱਕੀ ਹੈ, ਸਾਲੇ ਅੱਜ ਸਮਾਨ ਹੀ ਚੁੱਕ ਕੇ ਲੈ ਗਏ। ਪਰ ਉਹਨਾਂ ਨੇ ਅਫਸੋਸ ਨਹੀਂ ਕੀਤਾ? ਅਫਸੋਸ? ਅਫਸੋਸ ਤਾਂ ਕਰਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ, ਬੜੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਸੀ ਹਰੇਕ ਦੇ। ਆਉਂਦੇ ਆ ਕੇਰਾਂ ਬਾਦਲ ਸਾਹਿਬ ਲੰਬੀ ਕੰਨੀ ਦੌਰੇ 'ਤੇ ਗਏ, ਜਦੋਂ ਵਾਪਸੀ 'ਤੇ ਮਲੋਟਕੋਟ ਦੀ ਨਿਕਲਣ ਲੱਗੇ ਉਹਨਾਂ ਦੇ ਚੇਤੇ ਆ ਗਿਆ ਕਿ ਉਹਨਾਂ ਦਾ ਇੱਕ ਯਾਰ ਸੀ ਹੇਮਰਾਜ ਆੜਤੀਆ, ਉਹਨਾਂ ਦੇ ਘਰ ਵੀ ਚੋਰੀ ਹੋ ਗਈ ਸੀ, ਵੀ ਕਿਉਂ ਨਾ ਆਪਾਂ ਜਾਂਦੇ ਜਾਂਦੇ ਉਹਨਾਂ ਦੇ ਘਰ ਅਫਸੋਸ ਕਰ ਚੱਲੀਏ। ਉਹਨਾਂ ਨੇ ਇਸ਼ਾਰੇ ਨਾਲ ਗੱਡੀਆਂ ਦਾਣਾ ਮੰਡੀਆਂ ਨੂੰ ਮੋੜਤੀਆਂ, ਵਿੱਚੇ ਬਾਦਲ ਸਾਹਿਬ, ਵਿੱਚੇ ਉਹਨਾਂ ਦੀ ਜ਼ੈੱਡ ਸਕਿਉਰਟੀ 70-80 ਬਲੈਕ ਕਮਾਂਡੋ, ਟੂੰ ਟਾਂ ਕਰਦੀਆਂ ਗੱਡੀਆਂ ਮੰਡੀ 'ਚ ਫਸਲ ਨੂੰ ਚੀਰਦੀਆਂ ਹੋਈਆਂ ਜਾ ਕੇ ਲਾਲੇ ਦੀ ਹੱਟੀ ਮੂਹਰੇ ਖੜ ਗਏ। ਲਾਲਾ ਜੀ ਐਨਕਾਂ ਵਿੱਚ ਦੀ ਦੇਖੇ ਵੀ ਇਹ ਪੁਲਿਸ ਦੀ ਧਾੜ ਕਿੱਧਰ ਚੜ੍ਹੀ ਆਉਂਦੀ ਹੈ। ਬਾਦਲ ਸਾਹਿਬ ਕਾਰ 'ਚੋਂ ਉਤਰ ਕੇ ਲਾਲਾ ਜੀ ਦੀ ਦੁਕਾਨ ਵੱਲ ਨੂੰ ਹੋ ਗਏ ਅਤੇ ਸਾਰੇ ਪੁਲਿਸੀਏ ਮੂੰਗਫਲੀ ਦੀ ਢੇਰੀ ਵੱਲ ਨੂੰ ਹੋ ਗਏ। ਇਕੱਲੇ ਇਕੱਲੇ ਨੇ ਮੂੰਗਫਲੀ ਭਰ ਲਈ ਮੁੱਠੀਆਂ 'ਚ, ਲਾਗੇ ਛਕਣ। ਭੱਲਾ ਸਾਹਿਬ ਉਹ ਔਨ ਡਿਊਟੀ ਖਾਣ ਲੱਗ ਪਏ? ਕਮਲਿਆ ਖਾਧਾ ਔਨ ਡਿਊਟੀ ਹੋ ਜਾਂਦਾ ਹੁੰਦਾ, ਰਿਟਾਇਰਮੈਂਟ ਤੋਂ ਬਾਅਦ ਕੌਣ ਖਾਣ ਦਿੰਦਾ? ਨਾਲੇ ਬਾਦਲ ਸਾਹਿਬ ਦੀ ਪਿੱਠ ਹੋਣੀ ਆ, ਜੇ ਮੂੰਹ ਹੁੰਦਾ ਫਿਰ ਕਿਹੜਾ ਉਹਨਾਂ ਨੇ ਹਟਣਾ ਸੀ? ਓ ਨੋ, ਬਾਦਲ ਸਾਹਿਬ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੁੰਦੇ ਸੀ, ਇਹ ਸਾਰਾ ਕੁਝ ਦੇਖ ਦੇਖ ਕੇ ਲਾਲੇ ਦਾ ਦਿਲ ਘਟੇ ਵੀ ਪੁਲਿਸੀਆਂ ਮੂੰਗਫਲੀ ਖਾਈ ਜਾਂਦੇ ਆ। ਬਾਦਲ ਸਾਹਿਬ ਨੇ ਅਫਸੋਸ ਸ਼ੁਰੂ ਕਰ ਲਿਆ, ਲਾਲਾ ਜੀ ਪਤਾ ਲੱਗਿਆ ਚੋਰੀ ਹੋ ਗਈ? ਕਹਿੰਦਾ ਹਾਂਜੀ ਹੋ ਗਈ। ਕਿੰਨਾ ਕੁ ਨੁਕਸਾਨ ਹੋ ਗਿਆ? ਲਾਲੇ ਦਾ ਧਿਆਨ ਉੱਧਰ, ਕਹਿੰਦਾ ਜੀ ਹਜੇ ਕਿਹੜਾ ਹਟ ਗਿਆ, ਹੋ ਹੀ ਜਾਂਦਾ। ਸ਼ੁਕਰ ਕਰ ਭਗਵੰਤ ਮਾਨ ਜੀ ਮੇਰੇ ਘਰੇ ਅਫਸੋਸ ਕਰਨ ਨਹੀਂ ਆਏ, ਜੇ ਆਉਂਦੇ ਉਹਨਾਂ ਨੇ ਕਿਹੜਾ ਇਕੱਲਿਆਂ ਨੇ ਆਉਣਾ ਸੀ, ਪੂਰਾ ਲੋ ਲਸ਼ਕਰ ਨਾਲ ਹੀ ਹੋਣਾ ਸੀ। ਬੋਲੋ ਤਾਰਾ ਤਾਰਾ। ਪਰ ਭੱਲਾ ਜੀ ਤੁਸੀਂ ਆਪਣੇ ਫੈਨ ਦਾ ਥੈਂਕਸ ਤਾਂ ਕਰੋ ਜਿਨ੍ਹਾਂ ਨੇ ਫੋਨ ਕਰ ਕਰਕੇ ਮੈਸੇਜ ਕਰ ਕਰਕੇ ਤੁਹਾਡੇ ਨਾਲ ਦੁੱਖ ਸੁੱਖ ਸਾਂਝਾ ਕੀਤਾ। ਦੁੱਖ ਸੁੱਖ ਸਾਂਝਾ ਕਰਿਆ, ਕੋਈ ਮੇਰਾ ਨੁਕਸਾਨ ਤਾਂ ਨਹੀਂ ਨਾ ਭਰਿਆ? ਜਿੱਦਣ ਇਹਨਾਂ ਦੇ ਘਰੇ ਚੋਰੀ ਹੋਊ ਮੈਂ ਫੋਨ ਕਰ ਦੂੰ। ਬੋਲੋ ਤਾਰਾ ਤਾਰਾ। ਇਹ ਕਹਿ ਕੇ ਤੁਸੀਂ ਆਪਣੇ ਫੈਨ ਦਾ ਦਿਲ ਦਿਖਾਇਆ? ਅਤੇ ਜਿਹੜੇ ਫੈਨ ਨੇ ਮੇਰਾ ਦਿਲ ਦਿਖਾਇਆ ਉਹ ਉਹਨੇ ਕਹਿਤਾ, ਮੈਨੂੰ ਕਹਿੰਦਾ ਤੂੰ ਵੀ ਰੋਜ਼ ਤਾਰਾ ਤਾਰਾ ਕਰਕੇ ਜਣੇ ਖਣੇ ਨੂੰ ਟਿਚਰਾ ਕਰਦਾ ਹੁੰਦਾ ਸੀ, ਹੁਣ ਆ ਗਿਆ ਸਵਾਦ, ਹੋ ਗਈ ਨਾ ਚੋਰੀ, ਆ ਗਏ ਨਾ ਘਰੇ ਚੋਰ। ਮੈਂ ਕਿਹਾ ਚੋਰ ਉਹਦੇ ਹੀ ਘਰੇ ਆਉਣਗੇ ਜਿਹਦੇ ਘਰੇ ਕੁਛ ਹੋਊ, ਤੇਰੇ ਨਾਲ ਆ ਗਏ। ਬੋਲੋ ਤਾਰਾ ਤਾਰਾ। ਲਵ ਯੂ ਆਲ। ਸੋ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਪਰ ਇੱਕ ਗੱਲ ਤਾਂ ਮੰਨਣੀ ਹੋਵੇਗੀ ਕਿ ਇਹੋ ਜਿਹੇ ਗੰਭੀਰ ਮਾਹੌਲ ਨੂੰ ਵੀ ਇੱਕ ਕਾਮੇਡੀ ਦੇ ਰੂਪ ਦੇ ਵਿੱਚ ਪੇਸ਼ ਕਰਨਾ ਕੋਈ ਵੱਡੇ ਦਿਲ ਵਾਲਾ ਹੀ ਕਰ ਸਕਦਾ ਹੈ। ਸੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ ਚੈਨਲ ਸਤਰੰਗ ਫੋਰ ਮੋਰ ਅਪਡੇਟਸ, ਸਬਸਕ੍ਰਾਈਬ ਚੈਨਲ ਸਤਰੰਗ।